ਲੀਆ ਚਬਲਨੀ ਸ਼ੀਲਾ ਨੂੰ ਫੋਨ ਕਰਦਾ ਵਟਸਐਪ ਅਪ ਇਹ ਜੂਆ ਉੱਪਰ ਤਾਂ ਵੀਸੀ ਆ ਜਾਲੇ ਸਾਫ ਕਰ ਰਿਹਾ ਕੀ ਮਤਲਬ ਉਹ ਤੂੰ ਮਤਲਬ ਛੱਡ ਤੇ ਮਤਲਬ ਦੀ ਗੱਲ ਸੁਣ ਚਾਰ ਦਿਨਾਂ ਬਾਅਦ ਸਾਡੇ ਯਾਰ ਪਿੰਡੇ ਦਾ ਵਿਆਹ ਮੇਰਾ ਮਤਲਬ ਤੂੰ ਤੇ ਮੈਂ ਵਿਆਹ ਦੇ ਬਹਾਨੇ ਚੜ ਕੇ ਦੋਵੇਂ ਡੇਟ ਤੇ ਜਾਈਏ ਕੀ ਖਿਆਲ ਆ ਦੱਸ ਭਲਾ ਵਿਆਹ ਤੇ ਵੀ ਕੋਈ ਡੇਟ ਮਾਰਨ ਜਾਂਦਾ ਤੁਸੀਂ ਨਾ ਹਮੇਸ਼ਾ ਪੈਸੇ ਬਚਾਉਣ ਬਾਰੇ ਸੋਚਿਆ ਕਰੋ ਨਾਲੇ ਜੇ ਮੈਂ ਘਰੋਂ ਬਾਹਰ ਚਲੀ ਗਈ ਤਾਂ ਇਸ ਰਾਜ ਦਾ ਖਿਆਲ ਕੌਣ ਰੱਖੂਗਾ ਓਏ ਸੁੱਖ ਨਾਲ ਜਿਉਂਦੀ ਰਹੇ ਉਹਦਾ ਧਿਆਨ ਰੱਖਣ ਵਾਲੀ ਤੂੰ ਵਿੱਚ ਧੀਏ ਤਾਂ ਭੂਆ ਲੱਗਦੀ ਆ ਨਾਲੇ ਤੂੰ ਰਾਜ ਦੀ ਚਿੰਤਾ ਨਾ ਕਰ ਉਹ ਮੈਨੂੰ ਜਾਣ ਲੱਗਿਆ ਦੱਸ ਗਿਆ ਮੈਂ ਕੁਝ ਦਿਨਾਂ ਦੀ ਸ਼ਹਿਰੋਂ ਬਾਹਰ ਜਾ ਰਿਹਾ ਨਾਲੇ ਜਦ ਘਰ ਦੇ ਵਿੱਚ ਰਾਜ ਹੀ ਨਹੀਂ ਤੇ ਤੂੰ ਠੀਕਰੀ ਪਹਿਰਾ ਸਾਲੇ ਸੋਫਿਆਂ ਤੇ ਲਾਉਣਾ ਜੇ ਗੱਲ ਹੈ ਨਾ ਫਿਰ ਠੀਕ ਹੈ ਓਕੇ ਬਾਏ ਸ਼ਾਹਿਰ ਆਈ ਲਵ ਯੂ ਆਈ ਲਵ ਯੂ ਟੂ ਤੁਸੀਂ ਨਾ ਬਾਲੇ ਕੰਜੂਸ ਹੋ ਕਿਉਂ ਰੈਸਟੋਰੈਂਟ ਤੁਹਾਨੂੰ ਬਿੱਲ ਨਾ ਦੇਣਾ ਪਏ ਇਸ ਕਰਕੇ ਸੇਬ ਵੀ ਘਰੋਂ ਹੀ ਕੱਟ ਕੇ ਲੈ ਆਂਦੇ ਓ ਮੈਂ ਥੋੜਾ ਸੇਬ ਘਰੋਂ ਲੈ ਕੇ ਆਇਆ ਇਹ ਤਾਂ ਕੋਈ ਪੁਰਾਣੇ ਕਸਟਮਰ ਤੇ ਝੂਠੇ ਸੀ ਜਿਹੜਾ ਇੱਥੇ ਛੱਡ ਗਿਆ ਬਟੇ ਮੂੰਹ ਤੁਹਾਡੇ ਮੈਂ ਤਾਂ ਗੱਲ ਇੱਕ ਵੀ ਨਹੀਂ ਕੀਤੀ ਤੇ ਉਲਟੀ ਆਪਾਂ ਪਹਿਲਾਂ ਹੀ ਲੱਗ ਗਏ ਕੀ ਕਿਹਾ ਮੇਰਾ ਮਤਲਬ ਆਪਾਂ ਡਾਰਲਿੰਗ ਕੋਈ ਰੋਮਾਂਟਿਕ ਗੱਲ ਕਰਦੇ ਆ ਹਾਂਜੀ ਹਾਂਜੀ ਵੇਖੋ ਡਾਰਲਿੰਗ ਜ਼ਮਾਨਾ ਜਿਹੜਾ ਮਮਾ ਮਰਜ਼ੀ ਹੋਵੇ ਪਰ ਆਸ਼ਕ ਮਿਲਣ ਦਾ ਲੱਭ ਹੀ ਲੈਂਦੇ ਆ ਉਹ ਪੁਰਾਣੇ ਜ਼ਮਾਨੇ ਚ ਕਹਿੰਦੇ ਨਹੀਂ ਹੁੰਦੇ ਸੀ ਕਿ ਮਿੱਤਰਾਂ ਦੀ ਮੋਟਰ ਤੇ ਲੀੜੇ ਧੋਣ ਦੇ ਬਹਾਨੇ ਆ ਜਾ ਪਰ ਅੱਜ ਕੱਲ ਸਾਡੇ ਵਰਗੇ ਹਾਈਟੈਕ ਆਸ਼ਕ ਵਿਆਹ ਦੇ ਬਹਾਨੇ ਡੇਟ ਮਾਰ ਲੈਂਦੇ ਆ ਸਵਾਦ ਹੈ ਹਾਈਟੈਕ ਜੇ ਹਾਈਟੈਕ ਹੁੰਦੇ ਤਾਂ ਫੇਸਬੁੱਕ ਤੇ ਮੇਰੀ ਫਰੈਂਡ ਰਿਕੁਐਸਟ ਨੂੰ ਐਕਸੈਪਟ ਕਰ ਲੈਂਦੇ ਇੱਕ ਤਾਂ ਅੱਧੀ ਦੁਨੀਆ ਤੇਰੀ ਫੇਸਬੁੱਕ ਨੇ ਕਮਲੀ ਕਰਤੀ ਫੇਸਬੁੱਕ ਨਹੀਂ ਹੁੰਦਾ ਫੇਸਬੁੱਕ ਹੁੰਦਾ ਫੇਸਬੁੱਕ ਚਲ ਜੋ ਵੀ ਹੁੰਦਾ ਵੇਟਰ ਟੂ ਕੱਪ ਟੀ ਵੈਸੇ ਤੁਸੀਂ ਚਾਹ ਕਿਉਂ ਮੰਗਾ ਲਈ ਆ ਸੇਬ ਮੈਂ ਚਾਹ 'ਚ ਡੋਬ ਡੋਬ ਕੇ ਖਾਉਂਗੀ ਮੇਰੇ ਲਈ ਕੁਝ ਚਟਪਟਾ ਲੈ ਕੇ ਆਓ ਇੱਕ ਤਾਂ ਜਨਾਨੀਆਂ ਇੰਨਾ ਪਿਆਰ ਆਪਣੇ ਘਰ ਵਾਲੇ ਨੂੰ ਨਹੀਂ ਕਰਦੀਆਂ ਜਿੰਨਾ ਰੇੜੀ ਵਾਲੇ ਤੇ ਚਾਟ ਵਾਲੇ ਨੂੰ ਕਰਦੀਆਂ ਹਾਂਜੀ ਉਹ ਤੇਰੀ ਇਹ ਰਾਜ ਦਾ ਦੋਸਤ ਕਰਨ ਕਿੱਥੋਂ ਆ ਗਿਆ ਸਾਲਾ ਕਿਤੇ ਸਿਆਪਾ ਹੀ ਨਾ ਖੜਾ ਕਰ ਦੇਵੇ ਚਲੋ ਬੇਟੇ ਆ ਦੋ ਚਾਟ ਲੈ ਕੇ ਆਓ ਮੈਂ ਵੇਟਰ ਨਹੀਂ ਰਾਜ ਦਾ ਦੋਸਤ ਕਰਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੇ ਮੈਂ ਗਲਤ ਨਹੀਂ ਤੁਸੀਂ ਸਿਮਰਨ ਦੇ ਭੂਆ ਜੀ ਹੋ ਨਾ ਹਾਂਜੀ ਹਾਂਜੀ ਇੱਧਰ ਵੇਖ ਨਾਲ ਫੁੱਫੜ ਵੀ ਆਇਆ ਚੈਲਸ ਜੇ ਇਹ ਰਿਸ਼ਤਾ ਪਸੰਦ ਨਹੀਂ ਤੈਨੂੰ ਹੋਣ ਵਾਲੀ ਚਾ ਚਾ ਚਾਚੀ ਵੀ ਕਹਿ ਸਕਦਾ ਇੱਥੇ ਬੈਠਾ ਰੰਗ 'ਚ ਭੰਗ ਪਾਈ ਜਾਂਦਾ ਘਰੇ ਤੇਰੀ ਭੈਣ ਦਾ ਵਿਆਹ ਜਾ ਕੇ ਕੰਮ ਨਹੀਂ ਕਰਾ ਹੁੰਦਾ ਉੱਥੋਂ ਹੀ ਆਇਆ ਉਹ ਡੱਕੇ ਵਾਲੀਆਂ ਕੁਲਫੀਆਂ ਥੋੜ ਗਈਆਂ ਸੀ ਉਹ ਲੈਣ ਆਇਆ ਆ ਦੇਖੋ ਲੈ ਲੀਆਂ ਤੇ ਫਿਰ ਉਦੋਂ ਜਾਏਗਾ ਜਦੋਂ ਕੁਲਫੀਆਂ ਖੁਰ ਗਈਆਂ ਤੇ ਕੱਲੇ ਡੱਕੇ ਰਹਿ ਗਏ ਫਿਰ ਜਾ ਕੇ ਬਰਾਤ ਨੂੰ ਖਲਾ ਦੀ ਡੱਕੇ ਵਾਲੀ ਰਬੜੀ ਉਹ ਚੱਲ ਜਾਣਾ ਪਹਿਲਾਂ ਹਾਲ ਚਾਲ ਤੇ ਪੁੱਛ ਲਵਾਂ ਯਾਰ ਹਾਲ ਚਾਲ ਪੁੱਛਣ ਨੂੰ ਇਹਦੇ 'ਚ ਟਰਾਲੀ ਵੱਜੀ ਆ ਉਹ ਮੈਂ ਇਹਨਾਂ ਦਾ ਨਹੀਂ ਇਹਨਾਂ ਦੇ ਭਾਈ ਸਾਹਿਬ ਦੇ ਹਾਲ ਚਾਲ ਦੀ ਗੱਲ ਕਰ ਰਿਹਾ ਕੀ ਹੋਇਆ ਉਹਨਾਂ ਦੇ ਭਾਈ ਸਾਹਿਬ ਨੂੰ ਚੱਲ ਇੱਕ ਮਿੰਟ ਲਈ ਮੰਨ ਲਿਆ ਉਹਨਾਂ ਨੂੰ ਕੈਂਸਰ ਆ ਉਹ ICU 'ਚ ਆ ਤੂੰ ਉਹਨਾਂ ਲਈ ਫਰੂਟ ਲੈ ਕੇ ਜਾਣਾ ਹਾਏ ਹਾਏ ਰੱਬ ਸੁਖ ਰੱਖੇ ਮੇਰੇ ਭਾਈ ਸਾਹਿਬ ਬਿਲਕੁਲ ਠੀਕ ਨੇ ਪਰ ਰਾਸਤਾ ਕਹਿੰਦਾ ਸੀ ਉਹ ਸੀਰੀਅਸ ਆ ਹੈ ਇਸੇ ਕਰਕੇ ਤਾਂ ਮੇਰੀ ਭੈਣ ਦੇ ਵਿਆਹ 'ਚ ਜਲਦੀ ਚਲਾ ਗਿਆ ਸਰ ਗਿਆ ਕਿੱਥੇ ਚਲਾ ਗਿਆ ਰਾਜ ਟੱਠੇ ਖੂਚ ਗਿਆ ਤੈਨੂੰ ਦੱਸਿਆ ਤਾਂ ਸੀ ਕਿ ਉਹ 4 ਦਿਨ ਲਈ ਆਊਟ ਆਫ ਸਟੇਸ਼ਨ ਗਿਆ ਉਹ ਚਾਚਾ ਜੀ ਤੁਸੀਂ ਕਿਤੇ 5 ਦਿਨ ਬਰਗਰ ਤਾਂ ਨਹੀਂ ਖਾਦੇ ਇੱਥੇ ਮਿਲਦੇ ਆ ਓਫੋ ਮੇਰਾ ਮਤਲਬ ਕਹਿੰਦਾ ਰਾਜ ਕਿਤੇ ਹੋਰ ਨਹੀਂ ਇਹਨਾਂ ਦੇ ਘਰ ਗਿਆ ਹਾਏ ਮੈਂ ਮਰ ਕੇ ਹੀ ਲੌਗ ਆਊਟ ਕਰਕੇ ਮੇਰੀ ਭਤੀਜੀ ਕਰ ਕੱਲੀ ਆ ਹੁਣ ਮੈਨੂੰ ਪਤਾ ਲੱਗਾ ਕਿ ਤੁਸੀਂ ਪਰਦੇ ਤੇ ਪਰਦਾ ਕਾਤੇ ਪਾਈ ਜਾਂਦੇ ਸੀ ਤੁਹਾਨੂੰ ਤਾਂ ਮੈਂ ਬਾਅਦ ਚੋਂ ਬੋਕ ਕਰੂੰਗੀ ਪਹਿਲਾਂ ਮੈਂ ਰਾਜ ਨੂੰ ਬਲੌਕ ਕਰਦੀ ਆ ਹਾਏ ਰੱਬਾ